ਤੇ ਬੀਜੇਪੀ ਦੇ ਜਿਹੜੇ ਸੰਜੇ ਟੰਡਨ ਨੇ ਉਹ ਇੱਥੇ ਆਏ ਸੀਗੇ ਅਤੇ ਉਹਨਾਂ ਨੂੰ ਅਸੀਂ ਸਵਾਲ ਜਵਾਬ ਕੀਤੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੀਜੇਪੀ ਦੀ ਡੋਮੀਨੇਟਡ ਅਥਾਰਿਟੀ ਆ ਅਤੇ ਉਹ ਲਗਾਤਾਰ ਜਿਹੜੇ ਸਾਡੇ ਹੱਕ ਨੇ ਉਹਨੂੰ ਡਿਨਾਈ ਕਰ ਰਹੇ, ਤਾਂ ਉਹ ਮਤਲਬ ਸਵਾਲਾਂ ਤੋਂ ਭੱਜੇ ਨੇ। ਪੰਜਾਬ ਯੂਨੀਵਰਸਿਟੀ ਲਗਾਤਾਰ ਜਿਹੜੇ ਹੈਗਾ ਬੇਸ਼ਰਮ ਹੋ ਰੱਖਿਆ, ਯੂਨੀਵਰਸਿਟੀ ਦਾ ਪ੍ਰਸ਼ਾਸਨ ਲਗਾਤਾਰ ਜਾਤੀਵਾਦੀ ਤਰੀਕੇ ਦੇ ਨਾਲ ਜਿਹੜਾ ਬਣਦਾ ਹੱਕ ਆ ਉਹਨੂੰ ਦਰਕਿਨਾਰ ਕਰ ਰਿਹਾ। 45 ਡਿਗਰੀ ਟੈਂਪਰੇਚਰ ਮੇ ਹਮਾਰੀ ਵੀ ਹਿੰਮਤ ਨਹੀਂ ਪੜੀ ਕਿ ਆਕਰ ਇਨ ਬੱਚੋਂ ਕਾ ਹਾਲ ਚਾਲ ਪੁੱਛਾ ਜਾਏ। ਐਸੇ ਮੇ ਹਮਨੇ ਵੀ ਰਾਤ ਮੇ ਹੀ ਇਨਸੇ ਕੰਟੈਕਟ ਕਰਨੇ ਕੀ ਕੋਸ਼ਿਸ਼ ਕੀ, ਆਈਏ ਪੁੱਛਤੇ ਹੈ ਇਨਸੇ ਕਿਆ ਇਨਕੀ ਡਿਮਾਂਡ ਹੈ, ਕਿਤਨੇ ਦਿਨ ਹੋ ਗਏ, ਕੈਸੇ ਬੈਠੇ ਹੈ। ਲੋਕ ਸਭਾ ਚੁਣਾਵ ਚੱਲ ਰਹੇ ਇਸ ਵੇਲੇ ਅਤੇ ਤਿੰਨ ਜਿਹੜੀਆਂ ਮੇਨ ਪਾਰਟੀਆਂ ਦੇਖਣ 'ਚ ਆਈਆਂ ਉਹ ਐਕਟਿਵ ਹੈਗੀਆਂ, ਬੀਜੇਪੀ, ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ। ਹਾਂਜੀ, ਇਹ ਤਿੰਨਾਂ ਦੇ ਕਿਸੇ ਕੈਂਡੀਡੇਟ ਨੇ ਤੁਹਾਡੇ ਨਾਲ ਕੋਈ ਰਾਬਤਾ ਕੀਤਾ, ਕੋਈ ਮੁਲਾਕਾਤ ਕੀਤੀ? ਹਾਂ, ਮੈਂ ਇੱਥੇ ਜਿਹੜੇ BSP ਦੇ ਚੰਡੀਗੜ੍ਹ ਤੋਂ ਪ੍ਰਤਿਆਸ਼ੀ ਨੇ ਡਾਕਟਰ ਰਿਤੂ ਸਿੰਘ, ਉਹ ਇਸ ਧਰਨੇ ਦੇ ਵਿੱਚ ਸਮਰਥਨ ਦੇ ਕੇ ਗਏ ਨੇ। ਇਸ ਤੋਂ ਇਲਾਵਾ ਕਾਂਗਰਸ ਦੇ ਮਨੀਸ਼ ਤਿਵਾੜੀ ਦੇ ਕੇ ਗਏ ਨੇ ਅਤੇ BJP ਦੇ ਜਿਹੜੇ ਸੰਜੇ ਟੰਡਨ ਨੇ ਉਹ ਇੱਥੇ ਆਏ ਸੀਗੇ ਅਤੇ ਉਹਨਾਂ ਨੂੰ ਅਸੀਂ ਸਵਾਲ ਜਵਾਬ ਕੀਤੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ BJP ਦੀ ਡੋਮੀਨੇਟਡ ਅਥਾਰਿਟੀ ਆ ਅਤੇ ਉਹ ਲਗਾਤਾਰ ਜਿਹੜੇ ਸਾਡੇ ਹੱਕ ਨੇ ਉਹਨੂੰ ਡਿਨਾਈ ਕਰ ਰਹੇ ਨੇ, ਤਾਂ ਉਹ ਮਤਲਬ ਸਵਾਲਾਂ ਤੋਂ ਭੱਜੇ ਨੇ ਅਤੇ ਜਿਹੜੇ ਉਹ ਇਹ ਕਹਿ ਕੇ ਗਏ ਨੇ ਕਿ ਸਾਨੂੰ ਆਪੋਜੀਸ਼ਨ ਨੂੰ ਸਵਾਲ ਪੁੱਛਣੇ ਚਾਹੀਦੇ ਨੇ। ਸਮਰਥਨ ਦੇਣਾ ਸੰਦੀਪ ਜੀ ਅਲੱਗ ਗੱਲ ਹੈ, ਕੋਈ ਪ੍ਰੋਮਿਸ ਕਰਕੇ ਗਏ ਆ ਮਨੀਸ਼ ਤਿਵਾਰੀ ਜਾਂ ਡਾਕਟਰ ਰਿਤੂ ਸਿੰਘ? ਹਾਂ, ਉਹ ਇਹ ਕਹਿ ਕੇ ਗਏ ਨੇ ਕਿ ਅਗਰ ਮਤਲਬ ਜੋ ਵੀ ਉਹਨਾਂ ਦੀ ਕਪੈਸਿਟੀ ਦੇ ਵਿੱਚ ਹੁੰਦਾ ਤਾਂ ਉਹ ਸਾਡਾ ਸਾਥ ਦੇਣਗੇ। ਹੁਣ ਤੁਹਾਨੂੰ ਲਗਭਗ 50 ਦਿਨ ਤੋਂ ਉੱਪਰ ਹੋ ਚੁੱਕੇ ਆ ਧਰਨੇ ਤੇ ਬੈਠੇ ਆ। ਹਾਂਜੀ, ਤੇ ਪਰ ਹਾਲੇ ਤੱਕ ਤੁਹਾਡੀ ਕੋਈ ਵੀ ਸੁਣਵਾਈ ਨਹੀਂ ਹੋਈ, ਤੇ ਫਰਦਰ ਤੁਹਾਡਾ ਪਲਾਨ ਆਫ ਐਕਸ਼ਨ ਕੀ ਹੋ ਸਕਦਾ ਜੀ? ਮਤਲਬ ਅਸੀਂ ਲਗਭਗ ਇੱਥੇ ਹਰ ਉਹ ਮਤਲਬ ਜਿਹੜੀ ਮੋਬਲਾਈਜੇਸ਼ਨ ਕਰਨੀ ਹੁੰਦੀ ਆ ਉਹ ਅਸੀਂ ਆਲਰੇਡੀ ਕਰ ਚੁੱਕੇ ਹਾਂ, ਲੇਕਿਨ ਪੰਜਾਬ ਯੂਨੀਵਰਸਿਟੀ ਲਗਾਤਾਰ ਜਿਹੜੇ ਹੈਗਾ ਬੇਸ਼ਰਮ ਹੋ ਰੱਖਿਆ ਕਿ ਮਤਲਬ ਬਹੁਤ ਵੱਡਾ ਅਸੀਂ 25 ਅਪ੍ਰੈਲ ਨੂੰ ਮਾਰਚ ਕੱਢਿਆ ਜਿਹਦੇ ਵਿੱਚ ਪੂਰੇ ਪੰਜਾਬ ਤੋਂ BC OBC ਸੰਗਠਨ ਅਤੇ ਇਨਸਾਫ ਪਸੰਦ ਲੋਕ ਸੀਗੇ ਉਹਨਾਂ ਨੇ ਆ ਕੇ ਇੱਥੇ ਵੱਡਾ ਮਾਰਚ ਕੱਢਿਆ। ਇਸ ਤੋਂ ਇਲਾਵਾ ਹੋਰ ਪ੍ਰੋਟੈਸਟ ਵੀ ਕੀਤੇ ਨੇ ਅਤੇ ਪ੍ਰੋਟੈਸਟ ਦੇ ਵਿੱਚ ਮਜ਼ਦੂਰ ਜਥੇਬੰਦੀਆਂ, ਪੰਜਾਬ ਦੀਆਂ ਮਜ਼ਦੂਰ ਮੁਕਤੀ ਮੋਰਚਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਇਸ ਤੋਂ ਇਲਾਵਾ ਕਿਸਾਨ ਯੂਨੀਅਨ ਨੇ ਵੀ ਸਾਨੂੰ ਸਾਥ ਦਿੱਤਾ ਹੈ। ਲੇਕਿਨ ਪੰਜਾਬ ਯੂਨੀਵਰਸਿਟੀ ਦਾ ਪ੍ਰਸ਼ਾਸਨ ਸਮਝ ਤੋਂ ਬਾਹਰ ਹੈ ਕਿ ਕਿਹੜੀ ਇਹੋ ਜਿਹੀ ਸੈਟਿੰਗ ਹੈ ਕਿ ਉਹਦੇ ਚੱਲਦੇ ਹੋਏ ਜਿਹੜਾ ਬਣਦਾ ਹੱਕ ਆ ਉਹ ਦੇਣ ਤੋਂ ਮੁਨਕਰ ਹੋ ਰਹੀ ਹੈ, ਵੀ ਕੀ ਸੈਟਿੰਗ ਹੈ ਇਹ, ਜਾਂ ਉਹਨਾਂ ਦੇ ਅੰਦਰ ਜਿਹੜਾ ਜਾਤੀਵਾਦ ਅੰਦਰ ਪਿਆ ਉਹ ਉਹਨਾਂ ਨੂੰ ਅਲਾਓ ਨਹੀਂ ਕਰ ਰਿਹਾ ਕਿ ਜਿਹੜੀਆਂ ਸੀਟਸ ਦਾ ਬਟਵਾਰਾ ਹੈ ਕਿ ਜਿਹੜੀ ਪ੍ਰੋਪਰ ਰਿਜ਼ਰਵੇਸ਼ਨ ਪਾਲਿਸੀ ਹੈ ਉਹ ਲਾਗੂ ਕਰਨ ਤੋਂ ਭੱਜ ਰਹੇ ਨੇ। ਤਾਂ ਇਹ ਉਹਨਾਂ ਦੇ ਲਈ ਵੀ ਅਤੇ ਸਾਡੇ ਸਮਾਜ ਦੇ ਲਈ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਜਦੋਂ ਮਤਲਬ 54 ਦਿਨ ਤੋਂ ਅਸੀਂ ਇੱਥੇ ਧਰਨੇ ਦੇ ਉੱਪਰ ਬੈਠੇ ਹਾਂ ਤਾਂ ਜਿਹੜਾ ਬਣਦਾ ਹੱਕ ਆ ਉਹ ਦੇਣਾ ਬਣਦਾ, ਲੇਕਿਨ ਉਹ ਲਗਾਤਾਰ ਭੱਜ ਰਹੇ ਨੇ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਮੋਬਲਾਈਜੇਸ਼ਨ ਕਰਾਂਗੇ ਤਾਂ ਕਿ ਇਹਨਾਂ ਦੇ ਉੱਪਰ ਹੋਰ ਵੱਧ ਤੋਂ ਵੱਧ ਪ੍ਰੈਸ਼ਰ ਪਾ ਕੇ ਜਿਹੜੇ ਸਾਡੇ ਬਣਦੇ ਹੱਕ ਨੇ ਉਹ ਅਸੀਂ ਮਨਵਾ ਸਕਦੇ। ਸੰਦੀਪ ਜੀ, ਇੱਕ ਸਟੂਡੈਂਟ, ਲਿਮਿਟਡ ਖਰਚਾ, ਅਤੇ ਤੁਹਾਡੇ ਫੰਡਸ ਵਗੈਰਾ ਦਾ ਕੀ ਹਿਸਾਬ ਹੈ? ਹੁਣ ਤੁਸੀਂ ਇਸ ਤਰ੍ਹਾਂ ਭੁੱਖ ਹੜਤਾਲ 'ਤੇ ਬੈਠੇ ਹੋ, ਲਗਾਤਾਰ ਇੰਨਾ ਲੰਬਾ ਪ੍ਰੋਟੈਸਟ ਚੱਲ ਰਿਹਾ ਤੁਹਾਡਾ, ਅਤੇ ਕੋਈ ਫਾਈਨੈਂਸ਼ੀਅਲ ਹੈਲਪ ਕੌਣ ਕਰ ਰਿਹਾ ਤੁਹਾਨੂੰ ਇਸ ਚੀਜ਼ 'ਚ? ਮਤਲਬ ਅਸੀਂ 54 ਦਿਨ ਤੋਂ ਪ੍ਰੋਟੈਸਟ 'ਤੇ ਬੈਠੇ ਹਾਂ, ਲਗਾਤਾਰ ਦਿਨ ਰਾਤ ਦਾ ਧਰਨਾ ਚੱਲ ਰਿਹਾ, ਤਾਂ ਇਹ ਜਨਤਾ ਦੀ ਲੜਾਈ ਹੈ, ਇੱਕ ਸੋਸ਼ਲ ਜਸਟਿਸ ਦੀ ਲੜਾਈ ਹੈ, ਤਾਂ ਇਹਦੇ ਵਿੱਚ ਸਾਥ ਵੀ ਮਤਲਬ ਲੋਕ ਹੀ ਦਿੰਦੇ ਹੁੰਦੇ ਨੇ, ਤਾਂ ਸਾਨੂੰ ਵੀ ਲੋਕ ਸਪੋਰਟ ਕਰ ਰਹੇ ਨੇ ਅਲੱਗ ਅਲੱਗ ਫੋਰਮ ਦੇ ਵਿੱਚ, ਤਾਂ ਮਤਲਬ ਧਰਨਾ ਉਸ ਤਰੀਕੇ ਨਾਲ ਚੱਲ ਰਿਹਾ। ਸੰਦੀਪ ਜੀ, ਤੁਸੀਂ ਕਿੰਨੇ ਦਿਨ ਤੋਂ ਬੈਠੇ ਹੋ ਮੋਰਚੇ ਤੇ? ਮਤਲਬ ਅੱਜ 54ਵਾਂ ਦਿਨ ਆ, ਅਤੇ ਇਹ ਜਿਹੜਾ ਧਰਨਾ ਸ਼ੁਰੂ ਇਸ ਕਰਕੇ ਹੋਇਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ BC OBC ਰਿਜ਼ਰਵੇਸ਼ਨ ਹੈ ਉਹ ਟੀਚਿੰਗ ਦੀ ਰਿਕਰੂਟਮੈਂਟ ਦੇ ਵਿੱਚ 0% ਹੈ, ਤਾਂ ਜਿਹੜੀ ਕਿ ਸਿੱਧੀ ਸਿੱਧੀ ਕੰਸਟੀਟਿਊਸ਼ਨ ਦੀ ਵਾਇਲੇਸ਼ਨ ਹੈ।
ਇਹਨੂੰ ਲੈ ਕੇ SFS ਨੇ 4 ਅਪ੍ਰੈਲ ਨੂੰ ਵਾਈਸ ਚਾਂਸਲਰ ਆਫਿਸ ਦੇ ਸਾਹਮਣੇ ਧਰਨਾ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਵੀ ਮੈਮੋਰੈਂਡਮ ਦਿੱਤੇ ਨੇ ਵਾਈਸ ਚਾਂਸਲਰ ਨੂੰ, ਸੈਨੇਟ ਮੈਂਬਰਸ ਨੂੰ, ਰਜਿਸਟਰਾਰ ਨੂੰ, ਲੇਕਿਨ ਉਹਦੇ ਉੱਪਰ ਕੋਈ ਅਸਰ ਨਹੀਂ ਹੋਇਆ, ਤਾਂ ਫਿਰ ਸਾਨੂੰ ਧਰਨਾ ਲਾਉਣਾ ਪਿਆ। ਅਤੇ ਐਡਮਿਨਿਸਟ੍ਰੇਸ਼ਨ ਦਾ ਕੀ ਰਵੱਈਆ ਤੁਹਾਡੇ ਪ੍ਰਤੀ ਜੀ? ਮਤਲਬ 54 ਦਿਨ ਹੋ ਗਏ, ਰਵੱਈਆ ਇਹੀ ਹੈ ਕਿ ਲਗਾਤਾਰ ਜਿਹੜੀਆਂ ਸਾਡੀਆਂ ਜੈਨੂਇਨ ਡਿਮਾਂਡਸ ਨੇ ਉਹਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦਾ ਪ੍ਰਸ਼ਾਸਨ ਲਗਾਤਾਰ ਆਨਾਕਾਨੀ ਕਰ ਰਿਹਾ, ਅਤੇ ਜਿਹੜੇ ਬਣਦੇ ਸਾਡੇ ਹੱਕ ਨੇ ਉਹਨੂੰ ਉਹਨਾਂ ਤੋਂ ਮੁਨਕਰ ਹੋ ਰਿਹਾ। ਮਤਲਬ ਇਹ ਇੱਕ ਮਤਲਬ ਕੋਨਸਟੀਟਿਊਸ਼ਨ ਦੇ ਵਿੱਚ ਹੀ ਦਿੱਤਾ ਹੋਇਆ ਕਿ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਉਹ ਦੇਣਾ ਮਤਲਬ ਯੂਨੀਵਰਸਿਟੀਆਂ ਦਾ ਮਤਲਬ ਡਿਊਟੀ ਹੈ, ਲੇਕਿਨ ਇਹ ਯੂਨੀਵਰਸਿਟੀ ਦਾ ਪ੍ਰਸ਼ਾਸਨ ਲਗਾਤਾਰ ਜਾਤੀਵਾਦੀ ਤਰੀਕੇ ਦੇ ਨਾਲ ਜਿਹੜਾ ਬਣਦਾ ਹੱਕ ਆ ਉਹਨੂੰ ਦਰਕਿਨਾਰ ਕਰ ਰਿਹਾ, ਅਤੇ ਰਿਜ਼ਰਵੇਸ਼ਨ ਪਾਲਿਸੀ ਨੂੰ ਇਸ ਤਰੀਕੇ ਨਾਲ ਲਾਗੂ ਕਰ ਰਿਹਾ ਕਿ ਸੈਂਟਰਲ ਗੌਰਮੈਂਟ ਅਤੇ ਪੰਜਾਬ ਗੌਰਮੈਂਟ ਦੇ ਵਿੱਚੋਂ ਜਿਹੜੀ ਮਿਨੀਮਮ ਹੈ ਉਸ ਤਰੀਕੇ ਨਾਲ ਲਾਗੂ ਕਰ ਰਿਹਾ, ਅਤੇ BC OBC ਰਿਜ਼ਰਵੇਸ਼ਨ ਦੇ ਵਿੱਚ ਉਹ ਵੀ ਨਹੀਂ ਲਾਗੂ ਕਰ ਰਿਹਾ, 0% ਦੇ ਰਿਹਾ।